ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕ੍ਰਿਸਮਸ ਦਾ ਤਿਉਹਾਰ ਜੋ ਕਿ 25 ਦਸੰਬਰ ਨੂੰ ਦੇਸ਼ ਵਿਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਭੂ ਯਿਸੂ ਮਸੀਹ ਦਾ ਇਹ ਪਵਿੱਤਰ ਤਿਉਹਾਰ ਗੁਰੈਆ ਸ਼ਹਿਰ ਵਿੱਚ ਵੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਗੁਰੈਆ ਸ਼ਹਿਰ ਦੇ ਮਸੀਹੀ ਭਾਈਚਾਰੇ ਵੱਲੋਂ ਕ੍ਰਿਸਮਸ ਦੇ ਤਿਉਹਾਰ ਸੰਬੰਧੀ ਇੱਕ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਗੁਰੈਆ ਨਗਰ ਕੌਂਸਲ ਦੀ ਕੌਂਸਲਰ ਮੈਡਮ ਅੰਜੂ ਅਟਵਾਲ ਦੁਆਰਾ ਕੀਤੀ ਗਈ ਤੇ ਇਸ ਦੇ ਨਾਲ ਹੀ ਗੁਰੈਆ ਨਗਰ ਕੌਂਸਲ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਗੁਰੈਆ ਸ਼ਹਿਰੀ ਕਾਂਗਰਸ ਦੇ ਉਪ ਪ੍ਰਧਾਨ ਸੰਜੇ ਅਟਵਾਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਗੁਰੈਆ ਦੇ ਬੜਾ ਪਿੰਡ ਰੋਡ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ ਵਿੱਚ ਹੁੰਦੀ ਹੋਈ ਵਾਪਸ ਬੜਾ ਪਿੰਡ ਰੋਡ ਵਿਖੇ ਹੀ ਆ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਦੌਰਾਨ ਜਿੱਥੇ ਕਿ ਕ੍ਰਿਸਮਸ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ, ਉੱਥੇ ਹੀ ਬੱਚਿਆਂ ਵੱਲੋਂ ਵੱਖ ਵੱਖ ਧਰਮਾਂ ਦੇ ਨਿਸ਼ਾਨ ਵਾਲੀਆਂ ਤਖਤੀਆਂ ਫੜ ਕੇ ਆਪਸ ਵਿੱਚ ਭਾਈਚਾਰਾ ਬਣਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਸੀ, ਜਿਸ ਦੀ ਕਿ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਕ੍ਰਿਸਮਸ ਦੇ ਤਿਉਹਾਰ ਦੇ ਸੰਬੰਧ ਵਿੱਚ ਜਲੰਧਰ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਹਲਕਾ ਫਿਲੌਰ ਦੀ ਨੁਮਾਇੰਦਗੀ ਕਰ ਰਹੇ ਚੌਧਰੀ ਬਿਕਰਮਜੀਤ ਵੱਲੋਂ ਵੀ ਸਮੂਹ ਸ਼ਹਿਰ ਵਾਸੀਆਂ ਨੂੰ ਕ੍ਰਿਸਮਸ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਰੋਸ਼ਨ ਲਾਲ ਬਿੱਟੂ ਕੌਂਸਲਰ, ਬਿਸ਼ਪ ਸੁਲੇਮਾਨ, ਫਾਦਰ ਰਾਜ, ਡੈਨੀਅਲ ਮਸੀਹ, ਗੁਲਜ਼ਾਰ ਮਸੀਹ, ਰੋਬਿਨ ਮਸੀਹ ਦੇ ਨਾਲ ਨਾਲ ਭਾਰੀ ਗਿਣਤੀ ਵਿੱਚ ਮਸੀਹੀ ਭਾਈਚਾਰਾ ਅਤੇ ਸ਼ਹਿਰ ਵਾਸੀ ਮੌਜੂਦ ਸਨ। ਗੁਰੈਆ ਨਗਰ ਦੇ ਵਿੱਚ ਜਿਹੜਾ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਆ ਰਿਹਾ ਔਰ ਉਸ ਸੰਬੰਧ ਦੇ ਵਿੱਚ ਅੱਜ ਨਗਰ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਆ, ਮੈਂ ਆਪਣੇ ਵੱਲੋਂ ਸਮੂਹ ਮਸੀਹੀ ਭਾਈਚਾਰੇ ਨੂੰ ਬਹੁਤ ਹੀ ਸਤਿਕਾਰ ਨਾਲ, ਸਾਡੇ ਫਾਦਰ ਆਏ ਨੇ ਔਰ ਜਿਤਨੇ ਵੀ ਅੱਜ ਸਾਡੇ ਨਗਰ ਨਿਵਾਸੀ ਨੇ ਸਾਰਿਆਂ ਨੂੰ ਆਪਣੇ ਵੱਲੋਂ ਤਹਿ ਦਿਲੋਂ ਵਧਾਈ ਦਿੰਦਾ। ਅੱਜ ਮੇਰੇ ਪੂਰੇ ਸਾਥੀ ਸੰਜੇ ਅਟਵਾਲ ਜੀ ਜਿਹੜੇ ਕੌਂਸਲਰ ਵੀ ਨੇ, ਉਹਨਾਂ ਨੇ ਉਹਨਾਂ ਦੇ ਵਾਰਡ ਦੇ ਵਿੱਚ ਇਹ ਸਾਰਾ ਮਸੀਹ ਪਰਿਵਾਰ ਹੈ ਔਰ ਬਹੁਤ ਪਹਿਲਕਦਮੀ ਕਰਦੇ ਹੋਏ ਬਹੁਤ ਹੀ ਖੁਸ਼ੀ ਦਾ ਮਾਹੌਲ ਜਿਹੜਾ ਨਗਰ ਦੇ ਵਿੱਚ, ਇਹ ਪਹਿਲੀ ਵਾਰ ਜਿਹੜੀ ਇਸ ਤਰ੍ਹਾਂ ਇੰਨੀ ਵਧੀਆ ਸ਼ੋਭਾ ਯਾਤਰਾ ਜਿਹੜੀ ਕੱਢੀ ਗਈ ਆ ਔਰ ਮੈਂ ਇਹ ਹੀ ਆਸ ਕਰਦਾ ਕਿ ਅੱਗੇ ਵੀ ਪਰਮਾਤਮਾ ਯਿਸੂ ਮਸੀਹ ਸਾਨੂੰ ਬਲ ਬਖਸ਼ੇ ਕਿ ਆਉਂਦੇ ਸਾਲ ਇਸ ਤੋਂ ਵੀ ਵਧੀਆ ਜਿਹੜੀ ਸ਼ੋਭਾ ਯਾਤਰਾ ਕੱਢੀਏ ਔਰ ਅਸੀਂ ਸਮੂਹ ਨਗਰ ਨੂੰ ਜਿੱਥੇ ਵਧਾਈ ਦਿੰਦੇ ਹਾਂ ਉੱਥੇ ਆਪਣੇ ਮਸੀਹ ਭਾਈਚਾਰੇ ਨਾਲ ਇਹ ਵਾਅਦਾ ਕਰਦੇ ਹਾਂ ਕਿ ਉਹਨਾਂ ਦੀ ਕੋਈ ਵੀ ਜਿਹੜੀ ਮੁਸ਼ਕਿਲ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ ਔਰ ਹਮੇਸ਼ਾ ਉਹਨਾਂ ਦੀ ਖੁਸ਼ੀ ਦੇ ਵਿੱਚ ਹਰੇਕ ਤਰ੍ਹਾਂ ਦੇ ਫੰਕਸ਼ਨ 'ਚ ਅਸੀਂ ਪੂਰਾ ਸਹਿਯੋਗ ਦੇਵਾਂਗੇ ਔਰ ਜਿਹੜੀ ਪੁਰਾਣੀ ਮੰਗ ਚੱਲੀ ਆ ਰਹੀ ਆ ਜਿਹੜੀ ਕਬਰਸਤਾਨ ਦੀ, ਉਹ ਵੀ ਯਕੀਨ ਦਿਵਾਉਣਾ ਕਿ ਬਹੁਤ ਹੀ ਜਲਦੀ ਅਸੀਂ ਉਹ ਵੀ ਪੂਰੀ ਕਰਨ ਜਾ ਰਹੇ ਹਾਂ ਕਿਉਂਕਿ ਮੇਰੇ ਦੋਸਤ ਸੰਜੇ ਜੀ ਤਾਂ ਮੈਨੂੰ ਅਕਸਰ ਹੀ ਇਸ ਗੱਲ 'ਤੇ ਸਾਡੀ ਮਸ਼ਵਰਾ ਹੁੰਦਾ ਰਹਿੰਦਾ ਔਰ ਇਸ ਗੱਲ ਨੂੰ ਵਧਾਈ ਵੀ ਦਿੰਦਾ ਹਾਂ ਅੱਜ ਦੇ ਸ਼ੁਭ ਦਿਹਾੜੇ 'ਤੇ ਔਰ ਇੱਕ ਵਾਰ ਫਿਰ ਸਾਰੇ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈ, ਧੰਨਵਾਦ, ਜੈ ਹਿੰਦ। ਸਾਰਿਆਂ ਨੂੰ ਸਾਡੇ ਸਮੂਹ ਮਸੀਹ ਭਾਈਚਾਰੇ ਵੱਲੋਂ ਵੱਡੇ ਦਿਨ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਪ੍ਰਭੂ ਯਿਸੂ ਮਸੀਹ ਜੀ ਦੇ
ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਗ੍ਰਾਂਆਂ ਵਿੱਚੋਂ ਅਸੀਂ ਸ਼ੋਭਾ ਯਾਤਰਾ ਕੱਢੀ, ਜਿਹਦੇ ਵਿੱਚ ਸਮੂਹ ਲਾਗੇ ਲਾਗੇ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਫਾਦਰ ਸਾਹਿਬਾਨ, ਪਾਸਟਰ ਸਾਹਿਬਾਨ, ਬਿਸ਼ਪ ਸਾਹਿਬਾਨ, ਪਾਦਰੀ ਸਾਹਿਬਾਨਾਂ ਨੇ ਸਹਿਯੋਗ ਦਿੱਤਾ ਅਤੇ ਆਪਣੇ ਨਾਲ ਟਰਾਲੀਆਂ ਭਰ ਕੇ, ਗੱਡੀਆਂ ਭਰ ਕੇ ਕਲੀਸਿਆਂ ਦੀ ਲੈ ਕੇ ਆਏ। ਅਸੀਂ ਤਹਿ ਦਿਲੋਂ ਧੰਨਵਾਦ ਹਾਂ ਸਾਡੇ ਗ੍ਰਾਂਆਂ ਸ਼ਹਿਰ ਦੇ ਪ੍ਰਸ਼ਾਸਨ ਦਾ, ਬਿੱਟੂ ਸਾਹਿਬ ਦਾ, ਕਮਲਜੀਤ ਬਿੱਟੂ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ, ਸੰਜੇ ਅਟਵਾਲ ਜੀ ਦਾ, ਅੰਜੂ ਅਟਵਾਲ ਜੀ ਦਾ ਅਤੇ ਸਮੂਹ ਐਮ ਸੀ ਵੀਰਾਂ ਦਾ। ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਾਡੇ ਵੱਲੋਂ ਵੱਡੇ ਦਿਨ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ।